ਸਸਿਕਾਹ ਨਵੇਂ ਸਾਲ ਦਾ ਇੱਕ ਤੋਹਫਾ ਕਹਿ ਸਕਦੇ ਆ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਮੋਦੀ ਹਰਾਂ ਦੇ ਵੱਲੋਂ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਿਊ ਇਅਰ ਗਿਫਟ ਹੈ ਜਿਹੜਾ ਪੋਸਟ ਆਫਿਸ ਦੀਆਂ ਇਹਨਾਂ ਸਕੀਮਾਂ ਤੇ ਜ਼ਿਆਦਾ ਵਿਆਜ ਮਿਲੂਗਾ ਉਹ ਤੋਂ ਰੇਣਾ ਸੰਜਿਆ ਕਰਨ ਲੱਗਿਆ ਕਿ ਆਖਰਕਾਰ ਕਈਆਂ ਨੂੰ ਇੰਟਰਸਟ ਹੁੰਦਾ ਪੋਸਟ ਆਫਿਸ ਦੇ ਜਿਹੜੀਆਂ ਸਕੀਮਾਂ ਹੁੰਦੀਆਂ ਨੇ ਉਹ ਲਾਲ ਜੀ ਕਾਪੀ ਲੋਕਾਂ ਨੂੰ ਬਣਵਾਉਂਦਾ ਬਹੁਤ ਸ਼ੌਕ ਹੁੰਦਾ ਕਿ ਆਖਰਕਾਰ ਉਹ ਬਣੇ ਤੇ ਨਾਲ ਨਾਲ ਉਹਦੇ ਵਿੱਚ ਇੰਟਰਸਟ ਦਾ ਵੀ ਕਈਆਂ ਨੂੰ ਹੁੰਦਾ ਵੀ ਆਖਰਕਾਰ ਉੱਥੇ ਜ਼ਿਆਦਾ ਮਿਲਦਾ ਘੱਟ ਮਿਲਦਾ ਉਹ ਤੁਹਾਡੇ ਨਾਲ ਸਾਂਝੀ ਕਰ ਲੱਗਿਆ ਕਿ ਸ਼ੇਅਰ ਕਰ ਦਿਓ ਜੇਕਰ ਤੁਹਾਡੇ ਕੋਈ ਜਾਣ ਪਛਾਣ ਵਾਲੇ ਜਾ ਹੋਰ ਜਾਂ ਤੁਸੀਂ ਖੁਦ ਹੀ ਇਨਵੈਸਟ ਕਰਨਾ ਚਾਹੋਗੇ ਕਿ ਜਿਹੜੀ ਜਾਣਕਾਰੀ ਇਹਦੇ ਵਿੱਚ ਲੱਗੀ ਆ ਮੀਡੀਆ ਰਿਪੋਰਟਸ ਆ ਰਹੀ ਹੈ 39 ਦੀ ਪੜ ਰਿਹਾ ਮੈਂ ਕਿ ਸਮਾਲ ਸੇਵਿੰਗ ਸਕੀਮਾਂ ਦੇ ਵਿਆਜ ਦਰਾਂ ਨੇ ਜਿਹੜੀਆਂ ਉਹ ਵਧਾਈਆਂ ਨੇ ਇਹਨਾਂ ਚ ਜਨਵਰੀ ਤੋਂ ਲੈ ਕੇ ਮਾਰਚ ਤੱਕ ਦੀ ਕੁਝ ਸਕੀਮਾਂ ਨੇ ਜਿਨ੍ਹਾਂ ਦੀਆਂ ਜਿਨ੍ਹਾਂ ਤੇ ਇੰਟਰਸਟ ਹੈ ਜਿਹੜਾ ਵਧਾਇਆ ਹੈ ਪੀਟੀਈ ਦੇ ਮੁਤਾਬਕ ਸਰਕਾਰ ਨੇ ਸ਼ੁੱਕਰਵਾਰ ਨੂੰ ਪੋਸਟ ਆਫਿਸ ਦੀ ਫਿਕਸ ਡਿਪੋਜ਼ਿਟਸ ਐਨ ਐਸ ਸੀ ਅਤੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਹੈ ਜਿਹੜੀ ਉਹਨਾਂ ਦੀ ਵਿਆਜ ਦਰ 1.1% ਦੀ ਹੈ ਜਿਹੜੀ ਵਧਾਤੀ ਹੈ ਯਾਨੀ ਕਿ 1.1% ਵਿਆਜ ਵਧਾਇਆ ਉਹਨਾਂ ਤੇ ਇਹ ਬੜੌਤਰੀ 1 ਜਨਵਰੀ ਤੋਂ ਲਾਗੂ ਹੋਊਗੀ ਸਰਕਾਰ ਨੇ ਬੜੌਤਰੀ ਦੀ ਹਾਲੀ ਦੇ ਵਿੱਚ ਬ्याज ਦਾ ਬ्याजਦਾਰਾਂ ਚ ਜਿਹੜੀ ਹੈ ਬੜੌਤਰੀ ਕੀਤੀ ਹੈ ਹਾਲਾਂਕਿ ਪਬਲਿਕ ਪ੍ਰਾਈਵੇਟ ਪੀਪੀਐਫ ਹੈ ਤੇ ਸਕੰਨਿਆ ਸਮਰiddhi ਯੋਜਨਾ ਜਿਹੜੀ ਵਿਆਜਦਾਰਾਂ ਦੇ ਵਿੱਚ ਬਦਲਾਵ ਨਹੀਂ ਕੋਈ ਕੀਤਾ ਹੈ ਹੁਣ ਆਖਰਕਾਰ ਇਹਨਾਂ 'ਚ ਵਿਆਜ ਮਿਲੂਗਾ ਕਿੰਨਾ ਇਹ ਸਵਾਲ ਰਹਿੰਦਾ ਆਮ ਤੌਰ ਤੇ ਕਿ ਵਿਆਜ ਹੁਣ ਮਿਲੂਗਾ ਕਿੰਨਾ ਵੈਸੇ ਤਾਂ ਇਹ ਦੇਖਿਆ ਜਾਵੇ ਇਹ ਥੋੜੇ-ਮੋٹے ਹੋਉਂਦੇ ਨੇ ਇਹਨਾਂ ਦੇ ਨਾਲ ਕੋਈ ਬਹੁਤਾ ਜਿਆਦਾ ਵੱਡਾ ਫਰਕ ਤਾਂ ਨਹੀਂ ਪੈਂਦਾ ਪਰ ਫਿਰ ਵੀ ਚਲੋ ਜੋ ਵੀ ਥੋੜਾ-ਬੋਤਾ ਲੱਗਦਾ ਆਮ ਲੋਕਾਂ ਤੋਂ ਤਾਂ ਇਹੀ ਹੁੰਦਾ ਵੀ ਜਿਹੜਾ ਵੀ ਕੁਝ ਮਿਲ ਜੇ ਤਾਂ ਉਹ ਜਿਆਦਾ ਵਧੀਆ ਹੋਇਆ ਉਹਦੇ 'ਚ ਨੈਸ਼ਨਲ ਸੇਵਿੰਗ ਸਰਟੀਫਿਕੇਟ ਆ ਜਿਹੜਾ ਉਹਦਾ 1 ਜਨਵਰੀ ਤੋਂ ਜਿਹੜਾ 7% ਵਿਆਜ ਆ ਜਿਹੜਾ ਮਿਲੂਗਾ ਹੁਣੇ ਇਹ ਸਰਕਾਰੀ ਸਕੀਮ ਤੇ 6.8% ਜਿਹੜਾ ਵਿਆਜ ਹੈ ਉਹ ਪਹਿਲਾਂ ਮਿਲਦਾ ਹੈ ਤਾਂ ਉਹਦੇ ਵਿੱਚ ਕਹਿ ਸਕਦੇ ਆਂਗੇ ਕਿ 1.7 ਹਾਂ ਯਾਨੀ ਕਿ 6.8 ਤੋਂ ਥੋੜਾ ਜਿਹਾ ਵਧਾਤਾ 7% ਕਰਤਾ ਤੇ ਸੀਨੀਅਰ ਸਿਟੀਜ਼ਨ ਸਕੀਮ ਹੈ ਜਿਹੜੀ ਉਹ 7.6 ਫੀਸ ਦੀ ਦੇ ਮੁਕਾਬਲੇ ਹੁਣ 8% ਮਿਲਿਆ ਕਰੂਗਾ ਉੱਥੇ 1 ਤੋਂ 5 ਸਾਲ ਤੱਕ ਦੀ ਜਿਹੜੀ ਪੋਸਟ ਆਫਿਸ ਦੀ ਟਾਈਮ ਡਿਪੋਜ਼ਿਟ ਸਕੀਮ ਹੈ ਯਾਨੀ ਕਿ ਐਫ ਡੀ ਯਾਨੀ ਫਿਕਸਡ ਡਿਪੋਜ਼ਿਟ ਕਹਿੰਦੇ ਨੇ ਆਪਾਂ ਐਫ ਡੀ ਤੇ 1.1% ਦੀ ਅ ਜਿਹੜੀ ਉਹ ਵੀ ਵਾਜੂਗੀ ਪੋਸਟ ਆਫਿਸ ਦੇ ਵਿੱਚ ਹੁਣ 1 ਸਾਲ ਦੀ ਐਫ ਡੀ ਖੋਲਣ ਨੂੰ 5.5% ਦੀ ਜਗ੍ਹਾ ਤੇ 6.6 ਵਿਆਜ ਹੈ ਜਿਹੜਾ ਉਹ ਮਿਲੂਗਾ ਅਤੇ ਪੋਸਟ ਆਫਿਸ ਦੇ ਵਿੱਚ 2 ਸਾਲਾਂ ਦੀ ਜਿਹੜੀ ਫਿਕਸ ਡਿਪੋਜ਼ਿਟ ਹੈ 2 ਸਾਲਾਂ ਦੀ ਫਿਕਸਡ ਬੋਦੀ ਦਾ ਉਹ ਤੇ 5.7% ਦੀ ਜਗ੍ਹਾ ਤੇ ਤੇ 6.8% ਦੀ ਹੈ ਜਿਹੜਾ ਵਿਆਜ ਉਹ ਮਿਲੂਗਾ 5.8% ਤੋਂ 6.9 ਮਿਲੂਗਾ ਸੌਰੀ ਇਹ ਜਿਹੜਾ ਹੈਗਾ 2 ਸਾਲ ਵਾਲਾ 2 ਸਾਲ ਵਾਲੀ ਜਿਹੜੀ ਪੋਸਟ ਆਫਿਸ ਦੀ ਐਫ ਡੀ ਹੈ ਉਹਦੇ ਤੇ ਵਿਆਜ 5.8% ਦੀ ਤੋਂ ਵਧਾ ਕੇ ਹੁਣ 6.9 ਕਰਤਾ 5 ਸਾਲ ਵਾਲੀ ਤੇ ਟੈਕਸ ਸੇਵਿੰਗ ਐਫ ਡੀ ਹੈ ਜਿਹੜੀ ਉਦੀ ਪੋਸਟ ਆਫਿਸ ਦੇ ਵਧਾ ਕੇ 6.7% ਤੋਂ ਵਧਾ ਕੇ 7.0 ਕਰਤਾ ਕਿਸਾਨ ਵਿਕਾਸ ਪੱਤਰ ਤੇ ਵੀ ਜਿਹੜਾ ਕਿ ਉਹਨਾਂ ਨੇ ਵਿਆਜ ਵਧਾਇਆ ਹੈਗਾ ਉਹਦੇ ਚ ਉਹਨਾਂ ਨੇ ਲਿਖਿਆ ਹੈ ਕਿ ਜਿਹੜੀ ਮੰਥਲੀ ਇਨਕਮ ਸਕੀਮ ਦੇ ਵਿੱਚ 6.7% ਦੀ ਜਗ੍ਹਾ ਤੇ ਹੁਣ 7.1% ਦੀ ਬ्याज दर ਮਿਲੂਗੀ ਜਿਹੜਾ ਕਿਸਾਨ ਵਿਕਾਸ ਪੱਤਰ ਹੈ ਦੀ ਸਕੀਮ ਹੈ ਉਹਦੇ ਚ 1 ਜਨਵਰੀ 2023 ਤੋਂ 7.0% ਦੀ ਥਾਂੇ 7.2% ਦੀ ਹੈ ਜਿਹੜੀ ਉਹ ਵਿਆਜ ਦਰ ਮਿਲੂਗੀ ਇਸ ਸਕੀਮ 'ਚ ਜਮਾ ਕੀਤੀ ਗਈ ਜਿਹੜੀ ਕੋਈ ਰਾਸ਼ੀ ਆ ਤੁਹਾਡੀ 123 ਮਹੀਨਿਆਂ ਦੇ ਵਿੱਚ ਮੈਚੁਰ ਹੁੰਦੀ ਹੁੰਦੀ ਸੀ ਉਹ ਹੁਣ ਰਾਸ਼ੀ 120 ਮਹੀਨਿਆਂ ਦੇ ਵਿੱਚ ਮੈਚੁਰ ਹੋ ਜੂਗੀ ਯਾਨੀ ਕਿ ਟਾਈਮ ਘਟਾਤਾ ਵਿਆਜ ਉਹਦੇ ਹਿਸਾਬ ਨਾਲ ਆਟੋਮੈਟਿਕਲੀ ਵੱਧ ਗਿਆ ਕਿ ਹਿੰਦਸਕਾਨ ਨੇ ਇਸ ਮਾਚ ਸੇਵਿੰਗ ਸਕੀਮਾਂ ਦੇ ਵਿਆਜਦਾਰਾ ਜਿਹੜਾ ਕਹਿੰਦੇ ਕਾਫੀ ਸਮੇਂ ਤੋਂ ਕੋਈ ਬਦਲਾਅ ਨਹੀਂ ਕਰਿਆ ਸੀ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਦੇ ਨਾਲ ਐਫ ਡੀ ਐਂਡ ਇੰਟਰਸਟ ਮਿਲਦੇ ਆ ਰਹੇ ਸੀ ਜਾਂ ਕਿਸਾਨ ਵਿਕਾਸ ਪੱਤਰਾਂ ਦੇ ਇਹ ਜਿਹੇ ਚ ਹੁਣ ਇਹਨਾਂ ਨੇ ਨਵੇਂ ਸਾਲ ਦੇ ਵਿੱਚ ਨਿਵੇਸ਼ਕਾਂ ਦੀ ਤਰਫੋਂ ਨਿਊ ਇਅਰ ਗਿਫਟ ਹੈ ਜਿਹੜਾ ਉਹਦੇ ਦੀ ਕੋਸ਼ਿਸ਼ ਕਰੀਆ ਹੁਣ ਜਿੰਨਾ ਘੱਮ ਹੈਗਾ ਹੀ ਹੋ ਗਈ ਉਹਦੇ ਵਿੱਚ ਜੇ ਕਿਹਾ ਜਾਵੇ ਇਹ ਜਿਹੜੇ 1% ਵਾਧਦੇ ਨੇ ਆਮ ਤੌਰ ਤੇ ਹੁੰਦਾ ਇਹ ਹੈ ਵੀ ਇਹ ਹੈਗੀ ਸਾਡੇ ਆਮ ਗਰੀਬ ਲੋਕਾਂ ਵਾਸਤੇ ਜਾਂ ਕਹਿੰਦੇ ਮਿਡਲ ਕਲਾਸ ਵਾਸਤੇ ਆ ਮਿਡਲ ਤਾਂ ਨਹੀਂ ਰਹੀ ਖੈਰ ਹੁਣ ਤਾਂ ਲੋਅਰ ਤੇ ਅਪਰ ਹੀ ਹੋ ਗਈ ਹੈ ਮਿਡਲ ਕਲਾਸ ਤਾਂ ਆਪ ਗਰੀਬਾਂ ਵਰਗੀ ਹੋਏ ਇਹ ਸਾਡੇ ਵਾਸਤੇ ਹੁੰਦੀਆਂ ਨੇ ਹੁਣ ਅਮੀਰ ਬੰਦਿਆਂ ਨੂੰ ਤਾਂ ਕੋਈ ਖਾਸ ਫਰਕ ਨਹੀਂ ਪੈਂਦਾ ਉਹਨਾਂ ਨੂੰ ਤਾਂ ਹੁੰਦਾ ਟੈਕਸ ਬਚਾਉਣਾ ਕਿੱਥੋਂ ਆ ਉਹ ਉਲਟਾ ਪੈਸੇ ਖਰਚ ਕਰਦੇ ਨੇਗੇ ਵੱਡੇ ਵੱਡੇ ਮਹਿੰਗੇ ਮਹਿੰਗੇ ਸੀਏਾਂ ਤੇ ਜਿਹੜੇ ਉਹਨਾਂ ਨੂੰ ਦੱਸਦੇ ਨੇ ਵੀ ਭਾਈ ਤੁਸੀਂ ਐਂ ਜੇ ਪੈਸਾ ਇਨਵੈਸਟ ਕਰ ਲਓ ਇੱਧਰ ਕਰ ਲਓ ਉੱਧਰ ਕਰ ਲ ਆ ਤੁਹਾਡਾ ਪੈਸਾ ਸ਼ਿਫਟ ਹੋ ਜੂਗਾ ਨਾ ਕਿ ਤੁਸੀਂ ਪੈਸਾ ਵਧਾਉਣਾ ਪੈਸਾ ਤਾਂ ਪਹਿਨੀ ਬਥੇਰਾ ਆ ਰਿਹਾ ਹੁੰਦਾ ਉਹਨਾਂ ਦੇ ਕੋਲੇ ਤਾਂ ਖੈਰ ਸਾਡੇ ਪੋਸਟ ਆਫਿਸ ਵਾਲੇ ਜਿਹੜੇ ਕਹੀਏ ਕਿ ਸਾਡੇ ਵਰਗੇ ਜਿਹੜੇ ਹੈਗੇ ਨੇ ਥੋੜਾ ਥੋੜਾ ਵਿਆਜ ਨਾਲ ਚਲੋ ਸਾਨੂੰ ਕੁਝ ਆਮਦਨੀ ਹੋ ਜੂਗੀ ਉਹਨਾਂ ਦੇ ਵਾਸਤੇ ਇਹ ਸਕੀਮ ਹੈ ਵੀਡੀਓ ਸ਼ੇਅਰ ਕਰ ਦਿਓ ਚੰਗਾ ਲੱਗਿਆ ਤਾਂ ਸਬਸਕ੍ਰਾਈਬ ਵੀ ਕਰ ਲਿਓ ਅੱਗੇ ਨੂੰ ਤੇ ਨਾਲ ਅਜੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਹੁੰਦੇ ਆ ਖੈਰ ਆਪਾਂ ਨੂੰ ਜਾਦੇ ਲੋਕਾਂ ਦੀ ਉਹਨਾਂ ਖਬਰਾਂ ਨਾਲ ਤარი ਖੁਸ਼ ਹੋਏਗਾ ਕਿਉਂਕਿ ਉਹ ਤਾਂ ਬਹੁਤ ਸਾਰੇ ਲੋਕ ਦੱਸੀ ਜਾਂਦੇ ਨੇ ਹਰੇਕ ਆਪ ਦੇ ਹਿਸਾਬ ਦੇ ਨਾਲ ਪਰ ਜਾਣਕਾਰੀਆਂ ਵੀ ਜ਼ਰੂਰੀ ਹੁੰਦੀਆਂ ਨੇ ਵੀ ਆਖਰਕਾਰ ਜਿੱਥੇ ਤੁਹਾਡਾ ਫਾਇਦਾ ਹੋਵੇ ਇਸ ਚੀਜ਼ ਨੂੰ ਲੈ ਕੇ ਧੰਨਵਾਦ